ਅਧੀ ਰਾਤ ਕੈਨੇਡਾ ਦੀ ਬੱਸ ਸਵੈਸ਼ ਪੰਜਾਬੀ ਮੁੰਡਿਆਂ ਦੇ ਵੱਲੋਂ ਐਨੀ ਸ਼ਰਮਨਾਕ ਕਰਤੂਤ ਕੀਤੀ ਗਈ ਕਿ ਜਿਸ ਵਾਰੇ ਸੁਣ ਕੇ ਤੁਸੀਂ ਵੀ ਇਹਨਾਂ ਮੁੰਡਿਆਂ ਨੂੰ ਲਾਣ ਤਾਂ ਪਾਓਗੇ ਬੱਸ ਦੇ ਵਿੱਚ ਇਸ ਕੁੜੀ ਦੇ ਨਾਲ ਕੀ ਹੁੰਦਾ ਤੁਸੀਂ ਅੱਗੇ ਜ਼ਰੂਰ ਸੁਣੋ ਮੈ ਰੀਸੈਂਟਲੀ ਬਰਨਾਬੀਰ ਤੋਂ ਸਰੀ ਮੂਵ ਹੋਈਆਂ ਐਂਡ ਅਤੇ ਮੈਂ ਇਸ ਕ੍ਰਿਸਮਸ ਦੇ ਕਿਸੇ ਜਗ੍ਹਾ ਜਾ ਰਹੀ ਸੀ ਉਦੋਂ ਟਾਈਮ 8:30 ਦਾ ਹੋਣਾ ਬੱਸ ਸਕਾਟ ਰੋਡ ਸਟੇਸ਼ਨ ਨੂੰ ਜਾਂਦੀ ਆ ਸਕਾਟ ਰੋਡ ਸਟੇਸ਼ਨ ਥੋੜੇ ਜਿਹਾ ਢੇ ਲੰਗੜ ਤੋਂ ਬਾਅਦ ਪੰਜਾਬੀ ਮੁੰਡਿਆਂ ਦਾ ਇੱਕ ਟੋਲਾ ਬੱਸ ਦੇ ਵਿੱਚ ਚੜਦਾ ਏ ਤੇ ਮੇਰੇ ਤੋਂ ਥੋੜੀ ਦੂਰ ਜਾ ਕੇ ਬਹਿ ਜਾਂਦੇ ਨੇ ਇਹ ਦੂਰੀ ਇਨੀ ਜ਼ਿਆਦਾ ਵੀ ਨਹੀਂ ਸੀ ਕਿ ਮੈਂ ਉਹਨਾਂ ਨੂੰ ਸੁਣ ਨਾ ਸਕਾਂ ਉਹ ਮੇਰੇ ਵੱਲ ਦੇਖ ਕੇ ਸੋਚਦੇ ਨੇ ਕਿ ਸ਼ਾਇਦ ਮੈਂ ਨਾ ਤਾਂ ਪੰਜਾਬੀ ਆ ਤੇ ਨਾ ਹੀ ਮੈਨੂੰ ਪੰਜਾਬੀ ਆਉਂਦੀ ਹੋਣੀ ਏ ਤੇ ਉਹ ਇੱਕ ਦੂਜੇ ਨਾਲ ਪੰਜਾਬੀ ਵਿੱਚ ਮੇਰੇ ਬਾਰੇ 'ਚ ਗੱਲਾਂ ਕਰਨ ਲੱਗ ਜਾਂਦੇ ਨੇ ਕਿ ਜਿਹੜਾ ਮੁੰਡਾ ਮੇਰੇ ਸਾਹਮਣੇ ਬੈਠਾ ਸੀ ਉਹ ਦੂਜੇ ਮੁੰਡੇ ਨੂੰ ਕਹਿੰਦਾ ਤੂੰ ਫੋਟੋ ਖਿੱਚੇਗਾ ਇਹਦੀ ਕਿ ਮੈਂ ਖਿੱਚਾਂ ਤਾਂ ਮੁੰਡਾ ਕਹਿੰਦਾ ਗਾਇਸ ਇਜ਼ ਨਹੀਂ ਤੇ ਫੇਰ ਮੇਰੇ ਮੂਰੇ ਬੈਠਾ ਮੁੰਡਾ ਕਹਿੰਦਾ ਹੈ ਤੂੰ ਰੁਕ ਮੈਂ ਇਹਦੀ ਵੀਡੀਓ ਬਣਾਉਣਾ ਹੈ ਤੇ ਉਸ ਤੋਂ ਬਾਅਦ ਉਹ ਸੱਚੀ ਆਪਣੇ ਮੋਬਾਈਲ ਦੀ ਜੀਬ ਚੋਂ ਫੋਨ ਕੱਢਦਾ ਹੈ ਤੇ ਫੋਨ ਆਪਣੀ ਬਾਹ ਤੇ ਰੱਖ ਕੇ ਮੇਰੇ ਵੱਲ ਨੂੰ ਕੈਮਰੇ ਦਾ ਐਂਗਲ ਬਣਾਉਂਦਾ ਹੈ ਮੈਂ ਡਰ ਜਾਂ ਨਹੀਂ ਆ ਮੈਨੂੰ ਸਮਝ ਨਹੀਂ ਆਉਂਦਾ ਕਿ ਇਹ ਮੇਰੇ ਨਾਲ ਹੋ ਕੀ ਰਿਹਾ ਤੇ ਸੱਚੀ ਫਿਰ ਮੈਂ ਆਪਣਾ ਫੇਸ ਕਮਾ ਲੈਣੀ ਆ ਤੇ ਆਪਣੀ ਆਈਬ੍ਰੋ ਤੇ ਝੂਠੀ-ਮੁੱਠੀ ਖੁਰਕਣ ਲੱਗ ਪੈਣੀ ਆ ਕਿਉਂਕਿ ਸੱਚੀ ਮੈਨੂੰ ਤਾਂ ਸਮਝ ਹੀ ਨਹੀਂ ਸੀ ਆ ਰਹੀ ਕਿ ਇਹ ਮੇਰੇ ਨਾਲ ਹੋ ਕੀ ਰਿਹਾ ਹੈ ਤੇ ਮੈਂ ਬਹੁਤ ਡਰ ਗਈ ਪਰ ਇਸ ਤੋਂ ਬਾਅਦ ਵੀ ਮੈਂ ਉਹਨਾਂ ਨੇ ਕੁਝ ਨਹੀਂ ਕੀਤਾ ਕਿਉਂਕਿ ਮੈਂ ਬੱਸ ਉਹ ਇਚੇ ਡਰਾਮਾ ਨਹੀਂ ਸੀ ਕਰਨਾ ਚਾਹੁੰਦੀ ਤੇ ਫਿਰ ਮੈਂ ਆਪਣੀ ਦੋਸਤ ਨੂੰ ਫੋਨ ਕੀਤਾ ਤੇ ਦੱਸਿਆ ਕਿ ਮੇਰੇ ਨਾਲ ਇਹ ਕੁਝ ਹੋਇਆ ਹੈ ਤੇ ਮੇਰੀ ਫਰੈਂਡ ਉਸੇ ਟਾਈਮ ਅੱਗੋਂ ਪਹਿਲਾ ਸਵਾਲ ਇਹ ਕਰਦੀ ਆ ਕਿ ਤੂੰ ਕੋਈ ਛੋਟੀ ਨਿੱਕਰ ਤਾਂ ਨਹੀਂ ਸਪਾਈ ਕੋਈ ਛੋਟਾ ਕਪੜਾ ਤਾਂ ਨਹੀਂ ਸਪਾਇਆ ਜਿਵੇਂ ਕੋਈ ਸਕਰਟ ਵਗੈਰਾ ਹੁੰਦੀ ਹੈ ਤਾਂ ਇਹ ਮੇਰੀ ਉਸ ਟਾਈਮ ਦੀ ਫੋਟੋ ਹੈ ਮੈਂ ਐਵੇਂ ਦੀ ਡਰੈਸ ਪਾਈ ਸੀ ਤੇ ਮੈਂ ਕਿਹਾ ਨਹੀਂ ਪੁਆਇੰਟ ਇਹ ਨਹੀਂ ਆ ਕਿ ਮੈਂ ਕੀ ਪਾਇਆ what i'm wearing ਤੇ ਦੋਸਤੋ ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਆ ਕਿ ਮੈਂ ਇਸ ਚੀਜ਼ ਨੂੰ ਰੋਕਣ ਲਈ ਅੱਗੇ ਕੀ ਕਰਾਂ ਇਸ ਬਾਰੇ ਵਿੱਚ ਮੈਨੂੰ ਤੁਸੀਂ ਦੱਸੋ